ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਹੁ ਬਹੁ ਕਰਦੇ ਹਾਂ ਸਵਾਗਤ ਜੀ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਸ਼ਿਲਮ ਮੈਂ ਕਿਹਾ ਉੱਤੇ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸਰ ਨੂੰ ਆਲਤ ਕਰ ਦਿਓ ਸੈੱਟ ਤਾਂ ਕਿ ਨੰਦ ਨੇ ਵੀਡੀਓ ਸੁੱਤ ਪਹਿ ਜਾਂਦੇ ਮਿਲਦੀ ਰਹਣਾ ਤੇ ਅੱਜ ਆਪਾਂ ਕੁਸ਼ੇਲ ਵਾਸਤੇ ਕਾਫੀ ਸ਼ਾਂਤ ਲੈ ਕੇ ਆਏ ਹਾਂ ਤੇ ਸਭ ਤੋਂ ਪਹਿਲਾਂ ਸਾਡਾ ਹੈਲਪ ਹੈਂਡ ਕਰੋ ਨੋਟ ਇਸਤੇ ਪੰਜ ਤੁਸੀਂ ਫੋਟੋ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਕੇ ਕਿਸੇ ਵੀ ਜਾਂਦੀ ਹੈ ਲਵਾਸ ਆਦੇ ਤੁਸੀਂ ਤੇ ਡੰਗਰਾਂ ਦੇ ਕਾਰਾਂ ਦੀ ਐਡ ਆਪਾਂ ਇਸ ਤੇ ਨਹੀਂ ਲਾਵਾਂਗੇ ਤੇ ਜੇ ਸਭ ਤੋਂ ਪਹਿਲਾਂ ਕਰਦੇ ਆਪਾਂ HMT 652 ਦੀ ਜਿਸ ਦਾ ਜੋ ਮਾਡਲ ਹੈ 1993 ਮਾਡਲ ਦਾ ਟਰੈਕਟਰ ਦਾ ਜੇ ਆਪੇ ਦੇ ਟਾਇਰ ਦੀ ਆ ਕਰੀਏ 50 55 ਪੈਸ਼ਾ ਦੇ ਟਾਇਰ ਪੈਣੇ ਬਾਡੀ ਚਾਸ ਦਰਾਮ ਗਰਾਟਾ ਰੰਗ ਸਾਰ ਨਾਲ ਦਾ ਕਿਤੇ ਵੀ ਦੋਰਾ ਰੰਗ ਪਿੱਟ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਕੋਈ ਗੰਬੇਸ਼ਨ ਕੋਈ ਪਾਰਟ ਚਾਹੀਏ ਨਹੀਂ ਹੋ ਕੇ ਰਿਪੇਅਰ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਚੈਟਰ ਰਪਿਆ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਪੰਜਾਬ ਨੰਬਰ ਟਰੈਕਟਰ ਹੈ ਤੇ ਜੇ ਆਪਾਂ ਹੀ ਡਿਮਾਂਡ ਦੀ ਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 1,82,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਾਟੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾਦੇ ਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਇਹ ਆ ਮਾਲਕਾਂ ਨਾਲ ਕੰਫਰਮ ਕਰ ਸਕਦੇ ਹਾਂ ਤੇ ਬਈ ਯਾਰ ਇੱਕ ਕਾਲੂ ਜਿਹਾ ਪਰਸ ਨੂੰ ਵੀਡੀਓ ਆਊਗੀ ਹੁਣ ਵੀ ਜ਼ਰੂਰ ਦੇਖਿਓ ਦੇਖਣ ਵਾਲੀ ਵੀਡੀਓ ਆ ਤੇ ਅੱਗੇ ਆਪਾਂ ਕਰਦੇ ਆ ਮਹਿੰਦਰਾ 265 DI ਦੀ ਜਿਸ ਦਾ ਇਹ ਮਾਡਲ ਹੈ 2001 ਮਾਡਲ ਹੈ ਟਰੈਕਟਰ ਦਾ ਜੇ ਆਪੇ ਜੇ ਟਾਈਂ ਦੀਆ ਕਰੀਏ ਬਿਲਕੁਲ ਨਿਊ ਟਾਇਰ ਦੇ ਟਾਇਰ ਪਏ ਨੇ ਬਾਡੀ ਚੈਸ ਦਰਾਮ ਗਰਾਟਾ ਰੰਗ ਸਾਰ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਫਿੱਟ ਨਹੀਂ ਹੋਇਆ ਹੋਇਆ ਹੁੱਡ ਨਾਲਾ ਟਰੈਕਟਰ ਦੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕਰੀਏ ਕੋਈ ਅੰਬੀਸ਼ਨ ਕੋਈ ਪਾਰਟ ਚੇਨ ਨਹੀਂ ਹੋਇਆ ਕੋਈ ਪੇਰ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਹੈ ਰੁਪਿਆ ਹੈ ਡੰਡਾ ਡਰਾਬ ਨਾਲਾ ਟਰੈਕਟਰ ਦੇ ਪੰਜਾਬ ਨੰਬਰ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਤਹੇ ਡਰਾਈਵ ਕਰਕੇ ਟਰੈਕਟਰ ਖੀਸਾਦੇ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 215000 ਰੁਪਏ ਜੋ ਕਿ ਮੌਕੇ ਦੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾਦੇ ਹੋ ਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਇਹ ਵੀ ਮਾਲਕਾਂ ਕੋਲ ਕੰਫਰਮ ਕਰ ਸਕਦੇ ਹੋ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਵਰਾਜ 744 ਐਫ ਆਈ ਦੀ ਜਿਸ ਤਰ੍ਹਾਂ ਇਹ ਮਾਡਲ ਹੈ 2011 ਮੋਹਲਾ ਟਰੈਕਟਰ ਦਾ ਜੇ ਆਪਾਂ ਇਹ ਟੈਂਦੀਆ ਕਰੀਏ 70-75% ਦੇ ਟਾਇਰ ਪੈਣ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਮਿਊਜ਼ਿਕ ਸਿਸਟਮ ਬਾਰੇ ਮਾਲਕਨ ਕੰਫਰਮ ਕਰ ਸਕਦੇ ਹਾਂ ਬਾਡੀ ਚਾਸਿਸ ਦਾ ਮਗਰਾਟਾ ਰੰਗ ਸਾਰ ਨਾਲ ਦਾ ਕਿਤੇ ਵੀ ਦੋਰਾ ਰੰਗ ਪਿੱਟ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਕੋਈ ਗੰਬੇਸ਼ ਨਹੀਂ ਕੋਈ ਪਾਰਟ ਚੇਂਜ ਨਹੀਂ ਹੋ ਕਰਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਐਟਰਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿੜ ਡਰਾਈਵ ਕਰਕੇ ਟਰੈਕਟਰ ਖੀਸਾ ਆਦੇ ਅਗਲੇ 10 ਨੰਬਰ ਗਰਾਡ ਲੱਗੇ ਆ ਪੰਜਾਬ ਨੰਬਰ ਟਰੈਕਟਰ ਤੇ ਜੇ ਆਪੇ ਹੀ ਡਿਮਾਂਡ ਦੀ ਹੈ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 345000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਆਦੇ ਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੰਤਾਰੇ ਦੀ ਮਾਰਕ ਵੀਰੂਣੀਆਂ ਦਾ ਤੇ ਅੱਗੇ ਆਪਾਂ ਕਰਦੇ ਹਾਂ ਸਵਰਾਜ 855 FE 4 ਸਟਾਰ ਦੀ ਜੇਸਤਾ ਜੋ ਮਾਡਲ ਹੈ 2018 ਮੋਹਲਾ ਟਰੈਕਟਰ ਦਾ ਜੇ ਆਪੇ ਟੈਂਦੀਆ ਕਰੀਏ 85 90 ਪੈਸੇ ਇਹਦੇ ਟਾਇਰ ਪੈਣੇ ਨਾਲ ਦੇ ਟਾਇਰ ਨੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਪਾਵਰ ਸਟੀering ਹੈ ਬਾਡੀ ਚਾਸਿਸ ਦ੍ਰਾਮ ਗਰਾਟਾ ਰੰਗ ਸਾਰ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਬੜ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋ ਓਕੇ ਵੀ ਗਾਇ ਬੇਸ਼ੀ ਨਹੀਂ ਕੋਈ ਪਾਰਟ ਚਾਹੀਏ ਨਹੀਂ ਹੋਕਰ ਪਿਆ ਨਹੀਂ ਭਾਲ ਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਐਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਜਾਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 5,65,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਰਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਸੀ ਸਾਹਿਬ ਤੇ ਮਾਲਕ ਵੀਰ ਹੁਣੀਆਂ ਤੋਂ ਹਰ ਕੋਈ ਵੀ ਜਾਣਕਾਰੀ ਲੈ ਸਕਦਾ ਟਰੈਕਟਰ ਬਾਰੇ ਤੇ ਤਲਵੰਡੀ ਸਾਬੋਹੇਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਹਾਂ ਨਿਊ ਹੋਲੈਂਡ 330 ਸਪੈਸ਼ਲ ਐਡੀਸ਼ਨ ਪਲੱਸ ਦੀ ਜਿਸ ਦਾ ਜੋ ਮਾਡਲ ਹੈ 2018 ਮਾਹੌਲਾ ਟਰੈਕਟਰ ਦਾ ਜੇ ਆਪਾਂ ਇਹ ਟੈਂਡੀਆਂ ਕਰੀਏ 85 ਪੈਸੇ ਦੇ ਟਾਇਰ ਪਹਿਣੇ ਨਾਲ ਦੇ ਟਾਇਰ ਨੇ ਕੁੱਲ 1100 ਘੰਟੇ ਟਰੈਕਟਰ ਚਲਿਆ ਹੋਇਆ ਹੈਵੀ ਬੰਪਰ ਫਾਈਬਰ ਹੁੱਡ ਨਾਲ ਆ ਟਰੈਕਟਰ ਦੇ ਮਿਊਜ਼ਿਕ ਸਿਸਟਮ ਬਾਰੇ ਮਾਲਕ ਅਨਕੜ ਫਰਮ ਕਰ ਸਕਦੇ ਹਾਂ ਤੇ ਬਾਡੀ ਚਾਹ ਇਸ ਦੇ ਰਾਮ ਗਰਾਟਾ ਰੰਗਸਰ ਨਾਲ ਦਾ ਕਿਤੇ ਵੀ ਦੁਆਰਾ ਰੰਗ ਪਟ ਨਹੀਂ ਹੋਇਆ ਹੋਇਆ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਕੋਈ ਐਮਪੀਸੀ ਨਹੀਂ ਕੋਈ ਪਾਰਟ ਚੇਨ ਨਹੀਂ ਹੋਇਆ ਕੋਈ ਰਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਹੈ ਰਪਿਆ ਪੰਜਾਬ ਨੰਬਰ ਹੈ ਡਬਲ ਡਿਸਟ੍ਰਿਬਿਊਟਰ ਲਗਾ ਟਰੈਕਟਰ ਦੇ ਪਾਵਰ ਸਟੇਜਿੰਗ ਦਾ ਟਰੈਕਟਰ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟੈਸਟ ਡਰਾਈਵ ਕਰਕੇ ਰੈਟਰ ਖੀਸਾ ਦੇ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 665000 ਰਪਿਆ ਜੋ ਕਿ ਮੌਕੇ ਦੇ ਥੋੜਾ ਬਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਤੇ ਮਾਲਕ ਵੀਰ ਹੁਣੋਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਾਂ ਟਰੈਕਟਰ ਬਾਰੇ ਮੋਗਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਗੱਲ ਕਰਦੇ ਆਂ ਫਾਰਮਟ੍ਰੈਕ 66 ਦੀ ਜੇਸਥੋ ਮਾਡਲ ਹੈ 2001 ਮੋਹਲਾ ਟਰੈਕਟਰ ਦਾ ਜੇ ਆਪ ਇਹਦੇ ਟਾਈਂ ਦੀਆ ਕਰੀਏ ਬਿਲਕੁਲ ਨਿਊ ਟਰੈਕਟਰ ਦੇ 90 ਪੈਸੇ ਟਾਇਰ ਪਾਣੇ ਐ ਐਮਆਰਐਫ ਕੰਪਨੀ ਦੇ ਤੇ ਬਾਡੀ ਚਾਸ ਦਰਾਮ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਆਰਾ ਰੰਗ ਪੇਟ ਨਹੀਂ ਹੋਇਆ ਹੋਇਆ ਹੁੱਡ ਨਾਲਾ ਟਰੈਕਟਰ ਦੇ ਤੇ ਡੰਡਾ ਡਰੱਬਲ ਵੀ ਨਾਲ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਕੋਈ ਗੰਬੇਸ਼ਨ ਕੋਈ ਪਾਰਟ ਚੇਨ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲ ਦਾ ਫਲ ਵਧੀਆ ਕੰਡੀਸ਼ਨ ਦੇ ਚੈਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾਕੇ ਟਹ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਪੰਜਾਬ ਨੰਬਰ ਟਰੈਕਟਰ ਹੈ ਤੇ ਟਰੈਕਟਰ ਡਬਲ ਕਲਚ ਹੈ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 2,65,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ 사 ਦਿਓ ਤੇ ਮਾਲਕ ਵੀਰ ਹੁਣੀਆਂ ਜੋ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਬਾਗਾ ਪੁਰਾਣਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਬਾਬਾ ਕਰਦੇ ਆ ਧੰਨਵਾਦ ਜੀ ਛੜੇ ਪੂਰੀ ਵੀਡੀਓ ਦੇਖਣ ਲਈ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ ਨੂੰ ਆਲ ਤੇ ਕਰ ਦਿਓ ਸੈਟ ਤਾਂ ਕਿ ਨਿਤਨੇ ਵੀ ਵੀਡੀਓ ਇਸ ਨੂੰ ਸੱਤ ਪੈ ਚੈਨਲ ਤੇ ਮਿਲਦੀ ਰਹੇਣ ਧੰਨਵਾਦ ਜੀ ਸਤਿ ਸ੍ਰੀ ਅਕਾਲ